ਥੱਲੇ ਯੁੱਧਵੀਰ ਉਰਫ ਸੋਨੂ, ਕੈਪਟਨ ਚਾਂਦ ਰੂਪ ਖਾੜਾ ਮਸ਼ਹੂਰ ਨਾਮੀ ਖਾੜਾ ਦਿੱਲੀ ਦਾ। ਦਰਸ਼ਕ ਵੀ ਸਾਰੋ ਕੇ ਕੁਸ਼ਤੀ ਦੇਖਦੇ ਹੋਏ ਦੂਰੋਂ ਦੂਰੋਂ ਕੁਸ਼ਤੀ ਸ਼ੌਕੀਨ ਆਏ ਨੇ ਆਲਮਗੀਰ ਦੀ ਪਵਿੱਤਰ ਧਰਤੀ। ਸਾਡੇ ਦਸਮ ਪਾਤਸ਼ਾਹ ਨੂੰ ਇੱਥੇ ਆਉਣ ਤੇ ਭਾਈ ਨਗਾਈਆ ਜੀ ਨੇ ਘੋੜਾ ਦਾਨ ਕੀਤਾ ਸੀ। ਸੋ ਗੁਰੂ ਅੰਗਦ ਦੇਵ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਦੰਗਲ ਕਰਾਉਂਦੇ ਛੇ ਦਾ ਉਹ ਮਿੱਟੀ ਚੱਕੀ ਫੜਨ ਆਲਮਗੀਰ ਨੇ ਕਾਧਰ ਵਾਲੇ ਪਾਸੇ ਵਜਨ ਦਿੱਤਾ ਸੋਨੂੰ ਦੇ ਪਿੱਛੇ ਲਗੋਟੇ ਹੱਥ ਪਾਇਆ ਤੁਰ ਫਿਰ ਕੇ ਰੈਤਰੀ ਸਾਹਿਬ ਘੇਰਾ ਵੱਡੀ ਕੁਰਸੀ ਹਿੰਦੁਸਤਾਨ ਦੀ ਵੱਡੀ ਕੁਸ਼ਤੀ ਤੁਹਾਡੇ ਸਾਹਮਣੇ 31,000 ਰੁਪਇਆ ਦਾ ਤੇ ਲੱਗਿਆ। ਜੇ 20 ਮਿੰਟ ਚ ਕੁਸ਼ਤੀ ਨੰਬਰ ਲੈ ਗਿਆ ਉਹ ਜੇਤੂ ਹੋਊ ਕੁਸ਼ਤੀ ਆਰ ਪਾਰ ਦੀ। ਨਿਕਲ ਗਿਆ ਸਾਨੂੰ ਫਿਰ ਹਰਿਮੰਦਰ ਦੇ ਥੱਲਿਓ ਆਮੋ ਸਾਹਮਣੇ ਮਾਰਿਆ ਤੱਕ ਇਹ ਆਮੋ ਸਾਹਮਣੇ ਵੱਡੀ ਕੁਸ਼ਤੀ ਵੱਡੀਆਂ ਗੱਲਾਂ ਵਰਜਿਸ਼ ਬਹੁਤ ਜ਼ਰੂਰੀ। ਵਰਜਿਸ਼ ਕਰਨ ਦੇ ਨਾਲ ਉਮਰ ਤਾਂ ਲੁਕਦੀ ਲੁਕਦੀ ਹੈ, ਬੰਦਾ ਨਿਰੋਗ ਰਹਿੰਦਾ, ਹਿੰਦੁਸਤਾਨ ਦਾ ਨਾਂ ਚਮਕਾਉਂਦਾ। ਸੋ ਜਿੱਥੇ ਛਿੰਝ ਪੈਂਦੀ ਹੈ ਜਾਂ ਡਾਕਟਰ ਨੇ ਆਮਣੋ ਸਾਹਮਣੇ ਹਰਿਮੰਦਰ ਪਹਿਲੇ ਪਾਸੇ ਸੋਨੂੰ ਉਰਲੇ ਪਾਸੇ ਖਿੱਚ ਮਾਰੀ ਸੀ ਹਰਿਮੰਦਰ ਨੇ ਫਿਰ ਸੋਨੂੰ ਨੇ ਉੱਪਰੋਂ ਖਿੱਚ ਮਾਰੀ ਧੌਲਾ ਮਾਰਦੇ ਹੋਏ ਇੱਕ ਦੂਏ ਨੂੰ ਜਿਹਨੇ ਮਿੱਟੀ ਦੀ ਕੁਸ਼ਤੀ ਏਸ਼ੀਆ ਚ ਨੌਕ ਕੀਤਾ। ਵਰਲਡ ਦੇ ਵਿੱਚ ਸਾਡੇ ਪੰਜਾਬੀ ਬੈਠੇ ਨੇ ਜਾਣਦੇ ਨੇ ਕਿ ਪਰਮਿੰਦਰ ਟੂਛੇੜੀ ਕੌਣ ਹੈ, ਸੋਨੂੰ ਕੌਣ ਹੈ, ਤੋਮਰ ਕੌਣ ਹੈ ਤੇ ਪਟਿਆਲੇ ਵਾਲਾ ਪਹਿਲਵਾਨ ਕੌਣ ਹੈ। ਸੋ ਉਹਦੇ ਚ ਵੱਡੀ ਕੁਸ਼ਤੀ ਤੁਹਾਡੇ ਸਾਹਮਣੇ ਹੁੰਦੀ ਹੋਈ ਇੱਕ ਦੂਸਰੇ ਨੂੰ ਚਾਹੁੰਦੇ ਵੱਡੀ ਕੁਸ਼ਤੀ ਕੀਤੀ ਲਿਆ ਥੱਲੇ ਹਰਿਮੰਦਰ ਨੂੰ ਕੌਣ ਦਾ ਫਿਰ ਸੋਨੂੰ ਲੱਕ ਵਾਲੇ ਪਾਸੇ ਹਰਿਮੰਦਰ ਆਲਮਗੀਰ ਦੇ ਉੱਪਰਲੇ ਪਾਸੇ ਲੱਕ ਵਾਲੇ ਪਾਸੋਂ ਨੰਬਰ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਸੋਨੂੰ। ਸਿਕੰਦਰ ਪਹਿਲਵਾਨ ਆਲਮਗੀਰ ਦਾ ਪੋਤਾ ਹਰਿਮੰਦਰ ਆਲਮਗੀਰ ਇਸੇ ਪਿੰਡ ਦੀ ਪੈਦਾਇਸ਼ ਥੱਲੇ ਦੂਸਰੇ ਪਾਸੇ ਭਾਰਤ ਮੱਲ ਸਮਰਾਟ ਦਾ ਖਿਤਾਬ ਜੇਤੂ ਹਰਿਮੰਦਰ ਆਲਮਗੀਰ, ਦੋ ਵਾਰ ਦਾ ਰੁਸਤਮੇ ਹਿੰਦ, ਇੱਕ ਵਾਰ ਹਿੰਦ ਕੇਸਰੀ ਕੁਸ਼ਤੀ ਤੁਹਾਡੇ ਸਾਹਮਣੇ ਸੋਨੂੰ ਕੁਛ ਐਫੀ ਨੂੰ ਕਹਿੰਦੇ ਥੱਲੇ ਹਰਿਮੰਦਰ ਆਲਮਗੀਰ ਉੱਪਰ ਸੋਨੂੰ ਕੁਸ਼ਤੀ ਸ਼ੌਕੀਨ ਕੁਸ਼ਤੀ ਨੂੰ ਬਹੁਤ ਹੀ ਗਾਹ ਨਾਲ ਦੇਖਦੇ ਹੋਏ ਵੱਡੀ ਕੁੰਭ ਹੁੰਦਾ ਹੋਇਆ ਕੁਸ਼ਤੀ ਦਾ ਤੁਹਾਡੇ ਸਾਹਮਣੇ ਯੁੱਧਵੀਰ ਸੋਨੂੰ ਉੱਪਰਲੇ ਪਾਸੇ ਚਿੱਟੀ ਰੁਮਾਲੀ ਦੇ ਵਿੱਚ, ਥੱਲੇ ਹਰਿੰਦਰ ਆਲਮਗੀਰ ਲਾਲ ਰੁਮਾਲੀ ਦੇ ਵਿੱਚ ਲੱਕ ਵਾਲੇ ਪਾਸਿਓਂ ਪਲਟੀ ਦੇਣ ਦੀ ਕੋਸ਼ਿਸ਼ ਕਰਦਾ ਹੋਇਆ ਸੋਨੂੰ ਹਰਿਮੰਦਰ ਛਡਾਉਣ ਦੀ ਕੋਸ਼ਿਸ਼ ਕੀਤੀ ਹਰਿਮੰਦਰ ਨੇ ਉਨੀ ਗ੍ਰਿਪ ਬਣਾਈ ਸੋਨੂੰ ਨੇ ਮਾਰਾ ਦਾ ਘੁੰਮਿਆ ਮਾਰ ਦੋ ਤਾੜੀਆਂ ਘੁੰਮਿਆ ਦਿੱਲੀ ਦਿੱਲੀ ਵਾਲਾ ਸੋਨੂੰ ਮਾਰੀ ਧੱਕ ਜੀ ਹਰਿਮੰਦਰ ਨੂੰ ਮਗਰਲੇ ਪਾਸੇ ਸਮੇਂ ਬਦਲ ਗਏ ਉਹਦੇ ਨਾਲ ਹੀ ਕੁਸ਼ਤੀ ਚ ਇਹ ਛਿੰਝਾਂ ਹੋਣੀਆਂ ਚਾਹੀਦੀਆਂ ਨੇ। ਇੱਥੋਂ ਹੀ ਟੈਲੈਂਟ ਪਛਾਣ ਕੇ ਬੱਚੇ ਨੂੰ ਮੈਟ ਤੇ ਲਿਜਾਣਾ ਚਾਹੀਦਾ। ਅਲੋਪ ਹੁੰਦੀ ਜਾ ਰਹੀ ਕੁਸ਼ਤੀ ਦੀ ਪਰੰਪਰਾ ਨੂੰ ਛਿੰਝਾਂ ਰਾਹੀਂ ਖੋਲ ਕੇ ਜਿਉਂਦਾ ਰੱਖਣਾ ਚਾਹੀਦਾ। ਦੋਸਤੋ ਸਿਆਣੇ ਕਹਿੰਦੇ ਨੇ ਹਰਿਮੰਦਰ ਦਾ ਅਟੈਕ ਹੋਇਆ ਸੀ ਇਧਰਲੇ ਪਾਸੋਂ ਪਿਛਲੇ ਪਾਸੋਂ ਗੋਟੇ ਹੱਥ ਪਾਏ ਦੋਨੇ ਸੋਨੂੰ ਦੇ ਸੋਨੂੰ ਜਗਾਉਣ ਦੀ ਤਾਕਤ ਦੇ ਰੈਫਰੀ ਨੇ ਇਸ਼ਾਰਾ ਕੀਤਾ ਕਿ ਗੱਬੇ ਚਲੋ ਬੰਦੇ ਕੋਈ ਅੱਖੀ ਪਿੱਛੇ ਗੋਟੇ ਹੱਥ ਪਾਇਆ ਉੱਪਰਲੇ ਪਾਸੋਂ ਕੱਧਰ ਵਾਲੇ ਪਾਸੋਂ ਦੱਬਣ ਦੀ ਕੋਸ਼ਿਸ਼ ਕਰਦਾ ਹੋਇਆ ਹਰਿਮੰਦਰ ਥੱਲਿਓ ਸੋਨੂੰ ਨਿਕਲਣ ਦੀ ਕੋਸ਼ਿਸ਼ ਦੋਨੇ ਮੱਲ ਵੱਡੀਆਂ ਜੋੜ ਨੇ 96 ਕਿਲੋ ਭਾਰ ਵਰਗ ਚੋਂ ਉੱਪਰ ਘੁਲਦੇ ਨੇ। ਪਾਕਿਸਤਾਨੀ ਪਹਿਲਵਾਨਾਂ ਦੇ ਨਾਲ ਵੀ ਇਹਨਾਂ ਦੀਆਂ ਕੁਸ਼ਤੀਆਂ ਹੋਈਆਂ ਨੇ। ਮਹਾਰਾਸ਼ਟਰ ਚ ਵੀ ਕੁਸ਼ਤੀ ਤੁਹਾਡੇ ਸਾਹਮਣੇ ਹੁੰਦੀ ਹੋਈ ਗੋਟੇ ਹੱਥ ਪਾਇਆ ਸੀ ਹਰਿੰਦਰ ਨੇ ਪਿਛਲੇ ਪਾਸੇ ਕੱਧ ਤੇ ਗੋਟਾ ਰੱਖਿਆ ਹੋਇਆ ਜਿਵੇਂ ਜਗਦੀਸ਼ ਭੋਲਾ ਰੱਖਦਾ ਹੁੰਦਾ ਸੀ।
ਸੋਨੂ ਦਿੱਲੀ ਥੱਲੇ ਹਰਵਿੰਦਰ ਆਲਮਗੀਰ ਉੱਪਰਲੇ ਪਾਸੇ ਉਸਤਾਦ ਪਹਿਲਵਾਨ ਰਾਮ ਕਿਸ਼ਨ ਦਰਵੇਸ਼ ਪਹਿਲਵਾਨ ਦਾ ਪੋਤਾ ਰਾਮ ਕਿਸ਼ਨ ਪਹਿਲਵਾਨ ਦਾ ਸ਼ਗਿਰਦ ਹਰਵਿੰਦਰ ਆਲਮਗੀਰ ਦਿੱਲੀ ਚ ਗੁਰਜ ਹੋਈ ਸੀ ਉਹਦੇ ਚ ਇਸ ਪਹਿਲਵਾਨ ਨੂੰ ਕਾਫਲੇ ਦੇ ਰੂਪ ਸਾਰੀ ਦਿੱਲੀ ਚ ਘੁਮਾ ਕੇ ਮਾਨ ਸਨਮਾਨ ਦਿੱਤਾ ਸੀ ਥੱਲੇ ਉੱਪਰ ਹਰਵਿੰਦਰ ਕੂਣੀ ਨਾ ਦੱਬਦੇ ਹੋਏ ਹਰਵਿੰਦਰ ਆਲਮਗੀਰ ਸੋਨੂ ਨੂੰ ਯੁੱਧਵੀਰ ਨੂੰ ਕੈਪਟਨ ਚਾਂਦ ਰੂਪ ਦੇ ਚੇਲੇ ਨੂੰ ਆਲਮਗੀਰ ਖਾੜੇ ਨੇ ਹਿੰਦੁਸਤਾਨ ਦੀ ਝੋਲੀ ਦੇ ਵਿੱਚ ਆਈ ਹੋਈ ਗੋਡੇ ਨਾਲ ਦੱਬਦਾ ਹੋਇਆ ਸੋਨੂ ਨੂੰ ਗੁਰਮੇਲ ਮਿਲੀ ਗੁਰਮੇਲ ਮਿਲੀ ਦੋਨੇ ਸੁਪਰਵੀਜ਼ਨ ਕਰਦੇ ਹੋਏ ਇਸ ਵੱਡੀ ਕੁਸ਼ਤੀ ਦੀ 31,000 ਰੁਪਈਆ ਦਾਤੇ ਲੱਗਿਆ ਦੋਸਤੋ 20 ਮਿੰਟ ਹੋ ਗਿਆ ਜੀ 20 ਮਿੰਟ ਹੋ ਗਈ ਕੁਸ਼ਤੀ 20 ਮਿੰਟ ਕੁਸ਼ਤੀ ਹੋ ਗਈ ਛਡਾ ਕੇ ਪੁਆਇੰਟਾਂ ਤੇ ਕਰਾ ਦਿਓ ਜਿਵੇਂ ਆਪਾਂ ਕਿਹਾ ਸੀ ਅਮਰੋ ਸਾਹਮਣੇ ਹਾਂਜੀ ਸ਼ਰਮਾ ਜੀ ਹਾਂ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਬਲਕੀਰ ਸਿੰਘ ਜੀ ਵੀਰ ਨੇ ਉਹਨਾਂ ਦੇ ਨਾਲ ਪਰਮੀ ਸਿੰਘ ਵੱਦੀ ਉਹਨਾਂ ਦੀ ਸਾਰੀ ਮੈਨੇਜਮੈਂਟ ਜੋ ਕਿ ਇੱਥੇ ਸਾਡੇ ਟੂਰਨਾਮੈਂਟ ਕਮੇਟੀ ਨੂੰ ਬਹੁਤ ਸਾਰਾ ਪੈਸਾ ਨੋਟ ਕਰਕੇ ਗਏ ਨੇ ਤੇ ਹੁਣ ਉਹ ਵਾਪਸ ਜਾ ਰਹੇ ਨੇ ਤੇ ਉਹਨਾਂ ਦੇ ਨਾਲ ਸਰਪੰਚ ਸਾਹਿਬ ਉਹਨਾਂ ਨੂੰ ਛੱਡ ਆਉਣ ਤੇ ਫਿਰ ਮੁੜ ਆ ਕੇ ਉਹਨਾਂ ਦੇ ਜਿਉਂ ਆਖਦੇ ਆ ਕਿਉਂਕਿ ਸਾਡੇ ਪਹਿਲਾਂ ਵੀ ਪਿੰਡ ਨੂੰ ਬਹੁਤ ਸਾਰਾ ਪੈਸਾ ਹੁਣ ਵੀ ਬਹੁਤ ਸਾਰਾ ਮਾਨ ਬਖਸ਼ਿਆ ਹਾਂਜੀ ਸਰਮੇ ਤਾਰ ਜੋੜਦੇ ਹੁਣ ਲਓ ਜੀ ਸਾਡੇ ਜੇਲ੍ਹ ਮੰਤਰੀ ਮਲਕੀਤ ਸਿੰਘ ਜੀ ਬਿਰਨੀ ਸਾਹਿਬ ਨੇ ਇਸ ਖੇਡ ਕਮੇਟੀ ਨੂੰ ਛਿੰਜ ਕਮੇਟੀ ਨੂੰ ਤੇ ਪਿੰਡ ਨੂੰ ਮਾਲੀ ਮਦਦ ਦਿੱਤੀ ਆ ਅਸੀਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਇਹਦੇ ਨਾਲ ਡਿਵੈਲਪਮੈਂਟ ਹੋਊਗੀ ਉਹਨਾਂ ਦਾ ਇਸ ਨਗਰ ਨਾਲ ਬਹੁਤ ਪਿਆਰ ਹੈ ਉਹਨਾਂ ਨੇ ਇਹਦਾ ਪ੍ਰੂਫ ਦਿੱਤਾ ਜੀ ਹੁਣ ਉਹ ਜਾ ਰਹੇ ਨੇ ਅਸੀਂ ਆਲਮਗੀਰ ਪਿੰਡ ਵਾਸੀਆਂ ਵੱਲੋਂ ਬਹੁਤ ਬਹੁਤ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਮੀਮੀ ਸਾਹਿਬ ਦਾ ਕੁਸ਼ਤੀ ਤੁਹਾਡੇ ਸਾਹਮਣੇ ਆਉਂਦੀ ਹਰਵਿੰਦਰ ਆਲਮਗੀਰ ਲਾਲ ਮਾਲੀ ਉਹਦੇ ਪਾਸੇ ਸੋਨੂ ਦਿੱਲੀ ਚਿੱਟੀ ਰੁਮਾਲੀ ਪੁਆਇੰਟ ਬਣਾਉਣ ਦੀ ਦੋਨੇ ਮਨ ਕੋਸ਼ਿਸ਼ ਕਰਦੇ ਹੋਏ ਜੀ ਜਾਨ ਲੱਗੀ ਹੋਈ ਹੈ ਕੁਸ਼ਤੀ ਦੇ ਦੋਨੇ ਮੱਲਾਂ ਦੀ ਮਾਰੀ ਧਾਲ ਹਰਵਿੰਦਰ ਨੇ ਮਿੱਟੀ ਪੈ ਗਈ ਅੱਖ ਚ ਸੋਨੂ ਦੇ ਰੈਫਰੀ ਦੋਨੇ ਮਲਕ ਚ ਮਾਰਦੇ ਹੋਏ ਇੱਕ ਦੂਏ ਨੂੰ 20 ਮਿੰਟ ਕੁਸ਼ਤੀ ਚੱਲੀ ਫ੍ਰੀ ਸਟਾਈਲ ਜਿਹੜੀ ਕਿ ਬਰਾਬਰ ਰਹੀ 5 ਮਿੰਟ ਦੀ ਕੁਸ਼ਤੀ ਪੁਆਇੰਟਾਂ ਤੇ ਚੱਲਦੀ ਹੋਈ ਧੌਲਾ ਮਾਰਦੇ ਹੋਏ ਦੋਨੇ ਮਲਕ ਦੂਏ ਨੂੰ ਉੱਪਰਲੇ ਪਾਸੇ ਜ਼ੋਰ ਜ਼ੋਰ ਨਾਲ ਲੱਭ ਸਕਣ ਦੀ ਕੋਸ਼ਿਸ਼ ਕੀਤੀ ਹਰਵਿੰਦਰ ਨੇ ਬਚਾਅ ਕੀਤਾ ਸੋਨੂ ਨੇ ਮੇਰਾ ਮਨੋ ਸਾਹਮਣੇ ਉੱਥੇ ਹੱਥ ਪਾਇਆ ਪਿੱਛੇ ਆਉਣ ਦੀ ਕੋਸ਼ਿਸ਼ ਕੀਤੀ ਪਿੱਛੇ ਆ ਤਾਂ ਕੱਟੀ ਲਿਆ ਥੱਲੇ ਲਓ ਜੀ ਬਣ ਗਿਆ ਪੁਆਇੰਟ ਹਰਵਿੰਦਰ ਦੌੜਾਂ ਤੇ ਵਾਲੀਬਾਲ ਅਥਲੈਟ ਇੱਥੇ ਏਸੀ ਗਰਾਊਂਡ ਦੇ ਵਿੱਚ ਕਰਵਾਈ ਜਾਵੇਗੀ ਜੀ।